ਮੈਂ ਸੁਖਵਿੰਦਰ ਸਿੰਘ ਪਿੰਡ ਚੂੜਪੁਰ ਤੋਂ ਬੋਲ ਰਿਹਾ ਜੀ। ਮੈਂ ਆਪਣੇ ਨਗਰ ਵਾਸੀਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਹੀ ਕਰਦਾ ਹਾਂ ਵੀ ਜਿਹਨਾਂ ਨੇ ਸਾਨੂੰ ਗ੍ਰਾਮ ਪੰਚਾਇਤ ਪਿੰਡ ਚੂੜਪੁਰ ਦੀ ਸਰਬਸੰਮਤੀ ਨਾਲ ਚੁਣ ਕੇ ਅਤੇ ਮੌਕਾ ਦਿੱਤਾ ਪਿੰਡ ਦੀ ਸੇਵਾ ਵਾਸਤੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿਹੜੇ ਅਧੂਰੇ ਕੰਮ ਪਿੱਛੇ ਰਹਿ ਗਏ ਨੇ ਉਹ ਸਾਰੇ ਸਹੀ ਤਰੀਕੇ ਨਾਲ ਆਪਾਂ ਉਹਨਾਂ ਨੂੰ ਨੇਪਰੇ ਚਾੜੀਏ, ਕਿਉਂਕਿ ਸਾਡੀ ਸਰਕਾਰ ਜਿਹੜੀ ਮੈਡਮ ਸਾਡੀ ਅਰਮਾ ਚੌਧਰੀ ਹੈ ਉਹਨਾਂ ਦੇ ਸਦਕਾ ਹੀ ਉਹਨਾਂ ਨੂੰ ਵੀ ਮੰਗ ਕਰਾਂਗੇ ਕਿ ਸਾਡੇ ਜਿਹੜੇ ਕੰਮ ਰਹਿ ਗਏ ਨੇ ਉਹ ਸਾਡੇ ਜਿਹੜੇ ਕੰਮਾਂ ਨੂੰ ਅੱਗੇ ਨੇਪਰੇ ਚਾੜਨ ਵਾਸਤੇ ਸਾਨੂੰ ਵਧੀਆ ਤੋਂ ਵਧੀਆ ਗ੍ਰਾਂਟਾਂ ਭੇਜਣ ਜਿਹੜੇ ਅਸੀਂ ਪਿੰਡ ਦਾ ਕੰਮ ਕਰ ਸਕੀਏ। ਅਤੇ ਨਾਲ ਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਕੰਮ ਹੈ ਉਹ ਅਸੀਂ ਬੱਚਿਆਂ ਨੂੰ ਸਿੱਧੇ ਰਸਤੇ ਪਾਈਏ ਕਿ ਇਹਨਾਂ ਕੰਮਾਂ ਤੋਂ ਬਚਾ ਕੇ ਰੱਖੀਏ ਉਹਨਾਂ ਨੂੰ। ਅਤੇ ਦੂਸਰੇ ਜਿਹੜੇ ਹੋਰ ਕੋਈ ਬਹੁਤੇ ਕੰਮ ਚੱਲਦੇ ਨੇ ਸਾਈਡਾਂ 'ਤੇ ਜਾਂ ਹੋਰ ਕੋਈ ਉਹਨਾਂ ਤੋਂ ਵੀ ਬਚਾ ਕੇ ਰੱਖੀਏ। ਅਤੇ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੰਡ ਜਿਹੜਾ ਸਪੋਰਟਸ ਦਾ ਜਿਹੜਾ ਬੱਚਿਆਂ ਵੱਲ ਸਪੋਰਟਸ ਦਾ ਖਿਆਲ ਹੋਵੇ ਉਹਨਾਂ ਨੂੰ ਵਧੀਆ ਕਾਰੋਬਾਰ ਦਿਲਾਈਏ ਚੰਗੇ ਸਮੇਂ ਟਾਈਮ 'ਤੇ ਲਾਈਏ, ਕਿਉਂਕਿ ਦੂਜੇ ਪਾਸੇ ਗਲਤ ਗੱਲਾਂ ਵੱਲ ਨਾ ਜਾ ਸਕਦੇ।